ਸਾਡੇ ਦੇਸ਼ ਵਿੱਚ ਮਹਾਮਾਇਆ ਦੀ ਇੱਕ ਬਹੁਤ ਵੱਡੀ ਕਰੋਪੀ ਚੱਲ ਰਹੀ ਹੈ। ਉਹ ਇਹ ਹੈ ਕਿ ਕੰਜਕ ਨੂੰ ਕੁੱਖ ਵਿੱਚ ਮਾਰਨਾ। ਜੇ ਇਹੋ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਅਸੀਂ ਕੰਜਕ ਬਿਠਾਉਣ ਲਈ ਅਸੀਂ ਕੰਜਕਾਂ ਬੁਲਾਵਾਂਗੇ ਪਰ ਸਾਨੂੰ ਕੰਜਕ ਨਹੀਂ ਮਿਲੇਗੀ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਇਹ ਪ੍ਰਣ ਕਰੀਏ ਕਿ ਮਾਂ ਦੇ ਚਰਨਾਂ ਦੇ ਵਿੱਚ ਇਹ ਲਾਂਤ ਭਰੀ ਸੋਚ ਨੂੰ ਦੂਰ ਕਰਕੇ ਕੰਜਕ ਦੇ ਜਨਮ ਲੈਣ 'ਤੇ ਮਾਂ ਦਾ ਸ਼ੁਕਰ ਕਰੀਏ ਅਤੇ ਖੁਸ਼ੀਆਂ ਮਨਾਈਏ ਕੁਝ ਇਸ ਤਰ੍ਹਾਂ। ਓਥੇ ਹਰ ਘੜੀ